ਕੀ ਹਾਲ ਆ ਜੀ ਤੁਹਾਡੇ ਸਾਰੇ ਕੋਲ ਵਲੌਗ ਇੱਕ ਖਤਮ ਕਰਕੇ ਇੱਕ ਨਵਾਂ ਸ਼ੁਰੂ ਕਰਨ ਲੱਗੇ ਹਾਂ ਅਤੇ ਜਿਹੜਾ ਖਤਮ ਕੀਤਾ ਵਲੌਗ ਹੈਗਾ ਆ ਉਹ ਚੱਕਵਾਲ ਵਾਲਾ ਲਿੰਕ ਇਹਦੇ ਵਿੱਚ ਕੀ ਸੀਗਾ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਆਪਣੇ ਭਰਾ ਹੈਗੇ ਆ ਕਿਸਾਨਾਂ ਦੇ ਮੁੰਡੇ ਜਾਂ ਜਿਹੜੇ ਵੀ ਕਿਸਾਨ ਏਕਤਾ ਨੂੰ ਸਪੋਰਟ ਕਰਦੇ ਹੈਗੇ ਨੇ ਜਿੰਨੇ ਵੀ ਆਪਣੇ ਇੰਡੀਆ ਇਸ ਵੇਲੇ ਪ੍ਰੋਟੈਸਟ ਕਰਦੇ ਪਏ ਨੇ ਦਿੱਲੀ ਜਾ ਰਹੇ ਨੇ ਅਸੀਂ ਸਾਰੇ ਨੇ ਪ੍ਰੋਟੈਸਟ ਕੀਤਾ ਸੀਗਾ ਇੱਥੇ ਕੈਨੇਡਾ ਦੇ ਵਿੱਚ ਏਅਰਪੋਰਟ 'ਤੇ ਕੁਈਨ ਦੇ ਉੱਤੇ ਅਤੇ ਸਾਰੇ ਜਣੇ ਇੱਥੇ ਇਕੱਠ ਹੋਇਆ ਸੀਗਾ ਸਾਰੇ ਜਣੇ ਆਏ ਸੀਗੇ ਆਪਣੇ ਕਿਸਾਨ ਪ੍ਰਧਾਨ ਭਰਾ ਅਤੇ ਰੋਡ ਦੇ ਉੱਤੇ ਪ੍ਰੋਟੈਸਟ ਕੀਤਾ ਸੀਗਾ ਉਹਦੀ ਵੀਡੀਓ ਆ ਇਹ ਆਹ ਵਾਲੀ ਵੀਡੀਓ ਦੇ ਵਿੱਚ ਤੁਸੀਂ ਲਿੰਕ ਚੈੱਕ ਕਰ ਲਓ ਅਤੇ ਉਹ ਵਾਲੀ ਵੀਡੀਓ ਵੀ ਦੇਖਿਓ ਕੈਨੇਡਾ ਦਾ ਤੁਹਾਨੂੰ ਸਾਰਾ ਦਿਖਾਇਆ ਵੀ ਇੱਥੇ ਵੀ ਬੈਠ ਕੇ ਆਪਾਂ ਪ੍ਰੋਟੈਸਟ ਕਰ ਸਕਦੇ ਹਾਂ ਰਾਈਟ ਰਾਈਟ ਆਪਣਾ ਬਿਲਕੁਲ ਅਤੇ ਹੁਣ ਮੈਂ ਚੱਲਾ ਹੈਗਾ ਫੋਨ ਲੈਣ ਅਤੇ ਆਈਫੋਨ 12 ਪ੍ਰੋ ਮੈਕਸ 256 GB ਅਤੇ ਹੱਲੇ ਮੂਡ ਤਾਂ ਹੈਗਾ ਇੱਕ ਫੋਨ ਲੈ ਲਵਾਂ ਜਾਂਦੇ ਜਾਂਦੇ ਜੇ ਰਸਤੇ ਦੇ ਵਿੱਚ ਮੂਡ ਬਦਲ ਗਿਆ ਤਾਂ ਫਿਰ ਮੈਂ ਦੋ ਵੀ ਲੈ ਸਕਦਾ ਮੂਡ ਬਦਲ ਹੀ ਜਾਣਾ ਅਤੇ ਮੈਨੂੰ ਇਜਾਜ਼ਤ ਦਿਓ ਮੇਰੀ ਗੱਡੀ ਗਰਮ ਹੋ ਗਈ ਗੱਡੀ ਤੁਹਾਡੀ ਗਰਮ ਹੋ ਗਈ ਫਿਰ ਕੀ ਹੋ ਗਿਆ ਮਤਲਬ ਆਹ ਦੇਖੋ ਆਹ ਸਾਡੀ ਨਿੱਕੀ ਨਿੱਕੀ ਗੱਡੀ 'ਚ ਬੈਠੋ ਨਾ ਉਹ ਵੀ ਗਰਮ ਹੋ ਗਈ ਅਤੇ ਹੁਣ ਬਸ ਅਸੀਂ ਚੱਲੇ ਹੈਗੇ ਮੈਂ ਚੱਲਿਆ ਹੈਗਾ ਵਾਰਮਿਲ ਅਤੇ ਉੱਥੇ ਜਾ ਕੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਫੋਨ ਲੈਂਦੇ ਹਾਂ ਡੀ ਪਤਾ ਕਰਦੇ ਹਾਂ ਅਤੇ ਉਹਦੀ ਅਨਬੋਕਸਿੰਗ ਕਰਾਂਗੇ ਅਤੇ ਵਾਟਰ ਟੈਸਟ ਅਤੇ ਡੈਮੇਜ ਟੈਸਟ ਕੀ ਕਹਿੰਦੇ ਹੁੰਦੇ ਆ ਉਹਨੂੰ ਤੋੜਾਂਗੇ ਵੀ ਫੋਨ ਸਾਰੇ ਜਾਣੇ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਭੈਣ ਸਾਰੇ ਜਾਣੇ ਵੀਡੀਓ ਦਾ ਲਾਈਕ ਮਾਰੋ ਅਤੇ ਸਾਰੇ ਜਾਣੇ ਇੰਸਟਾ ਦੇ ਉੱਤੇ ਫੋਲੋ ਕਰੋ ਅਤੇ ਹੁਣ ਅੱਗੇ ਜਾ ਕੇ ਦਿਖਾਉਂਦੇ ਚਲੋ ਹਾਂਜੀ ਘਰੇ ਆਉਣਾ ਪਿਆ ਮਜਬੂਰੀ ਨਾਲ ਪੈਂਟ ਚੇਂਜ ਕੀਤੀ ਸ਼ੂਜ਼ ਅਤੇ ਜੈਕਟ ਕੱਪੜੇ ਉਹੀ ਆ ਬਾਹਰ ਹਲੇ ਵੀ ਠੰਡ ਹੈਗੀ ਆ ਪਰ ਚਲੋ ਕੋਈ ਨਹੀਂ ਵਧੀਆ ਬਾਹਾਂ ਵਾਲੀ ਠੀਕ ਹੈ ਅਤੇ ਹੁਣ ਇੱਧਰੋਂ ਚੱਲਦੇ ਸਿੱਧਾ ਵਾਰਮਲਸ ਤੋਂ ਫੋਨ ਲੈਂਦੇ ਹਾਂ ਅਤੇ ਫੋਨ ਉੱਥੇ ਲਿਆ ਕੇ ਫਿਰ ਘਰੇ ਜਾ ਕੇ ਅਨਬੋਕਸਿੰਗ ਕਰਾਂਗੇ ਅਤੇ ਗਾਰਡ ਗੂਡ ਜੋ ਵੀ ਫ੍ਰੀ ਦਾ ਮਿਲਦਾ ਉਹ ਚੱਕਦੇ ਹਾਂ ਅਤੇ ਤੁਹਾਨੂੰ ਅਨਬੋਕਸਿੰਗ ਦੀ ਵੀਡੀਓ ਦਿਖਾਉਂਦੇ ਹਾਂ ਅਤੇ ਲੈਟਸ ਗੋ ਕਿਹੜੇ ਕਿਹੜੇ ਫੋਨ ਦੇਣ ਲੱਗੇ ਮੈਨੂੰ ਮੈਂ ਕੋਈ ਨਹੀਂ ਦੇਣ ਲੱਗਾ ਰਹਿਣ ਦੇ ਯਾਰ ਨਹੀਂ ਅੱਜ ਤਾਂ ਹੁਣ ਤਾਂ ਬਣਾਉਂਗਾ ਦੇਖੋ ਇਹ ਭਾਜੀ ਨੇ ਮੈਨੂੰ ਬੜਾ ਤੰਗ ਕੀਤਾ ਕੋਈ ਚੱਕਰ ਚਲੋ ਕੋਈ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਫੋਨ ਦੇਣ ਦੇ ਲਈ ਮਿਲਦੇ ਹਾਂ ਅਗਲੀ ਵਾਰ ਵਧੀਆ ਡੀਲ ਦੇ ਨਾਲ ਕੋਈ ਚੱਕਰ ਤੁਹਾਡਾ ਨੰਬਰ ਮੈਂ ਕੰਟੈਕਟ ਦੇ ਵਿੱਚ ਪਾਉਣਾ ਪਾ ਦਿਓ ਅਤੇ ਫੋਨਾਂ ਨੂੰ ਸਾਰਿਆਂ ਨੂੰ ਵਧੀਆ ਡੀਲ ਦਿਓ ਵੇਟ ਨਾ ਕਰਾਇਓ ਨਹੀਂ ਕਰਾਉਂਦੇ ਅਨਬੋਕਸਿੰਗ ਕਰਨੀ ਆ ਨਾ ਤਾਂ ਫਿਰ ਅਲੱਗ ਅਲੱਗ ਕਲਰ ਵੀ ਦਿਖਾਣੇ ਆ ਫੋਨ ਤਾਂ ਵੈਸੇ ਕਲਰ ਤਾਂ 3-4 ਨਵੇਂ ਆਏ ਆ ਪਰ ਮੈਂ ਕਿਹਾ ਦੋ ਤੋਂ ਸ਼ੁਰੂਆਤ ਕਰਦੇ ਤੇ ਆਈਫੋਨ 12 ਘਰੇ ਜਾ ਕੇ ਅਨਬੋਕਸਿੰਗ ਕਰਦੇ ਹਾਂ ਬਾਰਿਸ਼ ਦਾ ਮੌਸਮ ਹੈਗਾ ਆ ਅਤੇ ਸਨੋਅ ਵੀ ਮਾਈਟ ਵੀ ਪੈਣੀ ਆ ਰਸਤੇ 'ਚ ਜਾ ਕੇ ਦੇਖਦੇ ਹਾਂ ਜੇ ਸਨੋਅ ਵਗੈਰਾ ਵਿੱਚ ਪਈ ਅਤੇ ਤੁਹਾਨੂੰ ਫਿਰ ਸਨੋਅ ਵੀ ਦਿਖਾਉਂਦੇ ਹਾਂ ਕੈਨੇਡਾ ਵਾਲੀ ਅਤੇ ਅਨਬੋਕਸਿੰਗ ਕਰਦੇ ਹਾਂ ਘਰੇ ਜਾ ਕੇ ਲੈਟਸ ਗੋ ਹਾਂਜੀ ਕੀ ਹਾਲ ਆ ਜੀ ਤੁਹਾਡੇ ਸਾਰਾ ਪਿਛਲੀ ਵੀਡੀਓ ਤੁਸੀਂ ਦੇਖ ਲਈ ਸੀਗੀ ਅਤੇ ਫੋਨ ਫੂਨ ਲੈ ਕੇ ਹੁਣ ਐਗਜੈਕਟਲੀ ਹੁਣ ਟਾਈਮ 7:30 'ਤੇ ਘਰੇ ਪਹੁੰਚ ਗਏ ਹਾਂ ਅਤੇ ਦੋ ਫੋਨ ਲੈ ਕੇ ਆਉਂਦੇ ਆ ਤੁਹਾਨੂੰ ਦਿਖਾਉਂਦੇ ਆ ਸਾਰਾ ਕੁਛ ਅਨਬੋਕਸਿੰਗ ਦੀ ਵੀਡੀਓ ਪਹਿਲਾਂ ਤਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਸਾਨੂੰ ਮਿਲਿਆ ਕੀ ਮੈਂ ਇਹਨਾਂ ਦੇ ਨਾਲ ਪਲੈਨ ਲਿੱਤਾ ਸੀਗਾ ਆਹ ਕੰਪਨੀ ਹੈਗੀ ਆ ਮੋਬਾਈਲ ਕੰਪਨੀ ਅਤੇ ਪਲੈਨ ਲਿਆ ਹੈਗਾ ਆ ਮੈਂ ਰੋਜਰ ਦੇ ਨਾਲ ਇੱਕ ਫੋਨ ਦੂਜਾ ਕਵਰ ਤੀਜਾ ਗਾਰਡ ਨੋਟ ਓਨਲੀ ਦਿਸ ਅਡੈਪਟਰ ਜਿਹੜਾ ਇਹਦੇ ਵਿੱਚ ਹੈ ਨਹੀਂ ਗਾ ਅਤੇ ਸਭ ਤੋਂ ਪਹਿਲਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਫੋਨ ਦੀ ਓਪਨਿੰਗ ਸਾਰੀਆਂ ਚੀਜ਼ਾਂ ਨੂੰ ਸਾਈਡ 'ਤੇ ਰੱਖਦੇ ਹੋਏ ਫੋਨ ਤੁਹਾਨੂੰ ਦਿਖਾਉਂਦੇ ਹਾਂ ਵਾਲੀ ਗਾਹ ਪੈ ਗਿਆ ਇਹ ਫੋਨ ਹੈਗਾ ਆ ਗ੍ਰੇਫਾਈਟ 256 GB ਇੱਕ ਤੁਹਾਡੇ ਲਈ ਹੋਰ ਸਰਪ੍ਰਾਈਜ਼ ਹੈਗਾ ਆ ਦੇਖੋ ਦੋ ਆਈਫੋਨ ਅਤੇ ਇਹ ਵਾਲਾ ਫੋਨ ਹੈਗਾ ਆ ਜਿਹੜਾ ਸਿਲਵਰ 128 GB ਦੇਖੋ ਤੁਸੀਂ ਦੋ ਇਹ ਚੀਜ਼ਾਂ
ਤੇ ਪਹਿਲਾਂ ਇੱਕ ਫੋਨ ਦੀ ਅਨਬਾਕਸਿੰਗ ਕਰਦੇ ਹਾਂ, ਫਿਰ ਉਸ ਤੋਂ ਬਾਅਦ ਦੂਜੇ ਦੀ ਕਰਦੇ ਹਾਂ। ਸਭ ਤੋਂ ਪਹਿਲਾਂ ਸਟਾਰਟ ਕਰਦੇ ਹੈਗੇ ਆ ਸਿਲਵਰ ਦੇ ਨਾਲ 128 GB ਵਾਲੇ ਨਾਲ। ਇਸ ਤੋਂ ਪਹਿਲਾਂ ਮੈਂ ਯੂਜ਼ ਕਰਦਾ ਸੀਗਾ 12 Pro Max, ਅਤੇ ਇਹਦੀ ਅਤੇ ਇਹਦਾ ਕੰਪੈਰੀਜ਼ਨ ਦੋਨੋਂ ਹੀ ਕਰਦੇ ਹਾਂ, ਵੀਡੀਓ ਵਿੱਚ ਤੁਹਾਨੂੰ ਦਿਖਾਉਂਦੇ। ਇਸ ਤੋਂ ਪਹਿਲਾਂ ਮੈਂ ਯੂਜ਼ ਕਰਦਾ ਸੀਗਾ 10, ਜਿਹੜਾ ਕਿ ਇਸ ਵੇਲੇ ਟੁੱਟ ਚੁੱਕਾ ਆ ਸਕਰੀਨ ਇਹਦੀ, ਦੇਖੋ। ਅਤੇ ਇਹ ਹਲੇ ਸਲਾਮਤ ਆ, ਪਰ ਇਹਦੀ ਵੀ ਸਕਰੀਨ ਜਿਹੜੀ ਹੈਗੀ ਅੱਧੀ ਟੁੱਟ ਗਈ ਆ, ਦੇਖੋ ਲਾਈਨ ਆ ਗਈ ਆ ਅਤੇ ਇੱਥੋਂ ਟੁੱਟ ਗਿਆ ਆ। ਟੁੱਟੇ ਤੋਂ ਬਾਅਦ ਹੀ ਨਵਾਂ ਫੋਨ ਲਿਆ ਹੁੰਦਾ। ਚਲੋ ਸਾਰੀਆਂ ਗੱਲਾਂ ਛੱਡੀਏ ਅਤੇ ਅਨਬੋਕਸਿੰਗ ਕਰਦੇ ਹਾਂ ਇਹਦੀ। ਇਹ ਯੂਜ਼ ਕਰਾਂ, ਨਵੀਂ ਕਾਰਡ ਲੈ ਕੇ ਆਉਂਦੀ ਸੀ ਨਵੀਂ ਅਨਬੋਕਸਿੰਗ ਦੇ ਲਈ, ਪਰ ਅਨਫੋਰਚੁਨੇਟਲੀ ਇਹ ਚੀਜ਼ ਹੈਗੀ ਹੈ ਇਹਦੀ। ਚਲੋ ਜੀ, ਸਭ ਤੋਂ ਪਹਿਲਾਂ ਅਨਬੋਕਸਿੰਗ ਕਰਦੇ ਹਾਂ ਜਲਦੀ ਜਲਦੀ। ਵਾਓ, ਇੱਥੇ ਰੱਖਦੇ ਹਾਂ ਫੋਨ, ਤੁਹਾਨੂੰ ਆ ਚੱਕ ਕੇ ਦਿਖਾਉਂਦੇ ਹਾਂ। ਸਿਲਵਰ ਨਹੀਂ ਹੈ, ਆਪਾਂ ਇਹ ਵਾਈਟ ਹੀ ਕਹਿ ਸਕਦੇ ਹਾਂ। ਮੋਹਰੇ ਤਾਂ ਹਾਲੇ ਆਹ ਕਵਰ ਲੱਗਾ, ਇਹਨਾਂ ਨੇ ਨਵੇਂ ਕਵਰ ਲਾਏ ਆ ਮੋਹਰੇ ਪ੍ਰੋਟੈਕਟ ਕਰਨ ਲਈ, ਪ੍ਰੋਟੈਕਟ ਕਰਨ ਦੇ ਲਈ ਸਕਰੀਨ ਨੂੰ। ਇਸ ਤੋਂ ਇਲਾਵਾ ਵਿੱਚ ਉਹੀ ਇਹਦੇ ਛੋਟੀ ਜਿਹੀ ਡਾਟਾ ਕੇਬਲ, ਡਿਜ਼ਾਈਨ ਬਾਏ ਐਪਲ ਇਨ ਕੈਲੀਫੋਰਨੀਆ, ਅਤੇ ਨਾਲ ਇਹਦੇ ਸਿਮ ਕੱਢਣ ਦੇ ਲਈ ਅਤੇ ਐਪਲ ਦਾ ਸਟਿੱਕਰ ਇੱਕ। ਇਹਨੂੰ ਵਾਪਸ ਵਿੱਚ ਹੀ ਪਾਉਂਦੇ ਹਾਂ, ਦੈਟਸ ਆਲ। ਫੋਨ ਇੰਨਾ ਪਤਲਾ ਦੇਖੋ, ਇੰਨਾ ਪਤਲਾ ਬੋਕਸ ਫੋਨ ਦਾ, ਅਤੇ ਇਹਨੂੰ ਸਾਰੇ ਨੂੰ ਵਿੱਚ ਪਾ ਕੇ ਤੁਹਾਨੂੰ ਹੁਣ ਫੋਨ ਦਿਖਾਉਂਦੇ ਹਾਂ। ਦੇਖੋ ਪੂਰਾ ਸਿਲਵਰ ਸਾਈਡ ਤੋਂ ਸੋਹਣਾ ਲੱਗਦਾ ਪਿਆ ਹੈ। ਥੱਲੇ ਹੋ ਗਈ, ਅਤੇ ਇਹਨੂੰ ਖੋਲਾਂਗੇ ਦੂਜੇ ਫੋਨ ਦੇ ਨਾਲ ਹੀ। ਇਹਨੂੰ ਰੱਖਦੇ ਹਾਂ ਸਾਈਡ ਦੇ ਉੱਤੇ, ਇਹਦੇ ਵਿੱਚ ਹੀ ਪਾ ਕੇ ਰਾਈਟ, ਢੱਕਣ ਨੂੰ ਥੱਲੇ ਰੱਖ ਦਿੰਦੇ ਹਾਂ। ਜਿਹੜੇ ਕਿਸੇ ਨੇ ਮੇਰੀ ਇਹਦੀ ਜਿਹੜੇ ਕਿਸੇ ਨੇ ਇਹ ਵਾਲੀ ਅਨਬੋਕਸਿੰਗ ਦੀ ਵੀਡੀਓ ਨਹੀਂ ਦੇਖੀ ਹੈਗੀ ਏਅਰਪੋਡ ਮਿੰਨੀ ਦੀ, ਤੁਸੀਂ ਆਹ ਚੱਕੋ ਲਿੰਕ 'ਤੇ ਤੁਸੀਂ ਚੈੱਕ ਕਰ ਸਕਦੇ ਹਾਂ, ਪਰ ਆਹ ਵਾਲੀ ਵੀਡੀਓ ਤੋਂ ਬਾਅਦ 'ਚ। ਇਹ ਸੀਗਾ ਵਾਈਟ, ਅਤੇ ਹੁਣ ਇਹ ਖੋਲ੍ਹਦੇ ਹੈਗੇ ਹਾਂ ਆਈਫੋਨ 12 Pro Max 256 GB ਬਲੈਕ ਗ੍ਰੇਫਾਈਟ ਵੀ ਕਹਿ ਸਕਦੇ ਹਾਂ। ਅੱਛਾ ਚੱਕੋ, ਇਹਨੂੰ ਆਪਾਂ ਦਿਖਾਉਂਦੇ ਹਾਂ ਚੈੱਕ ਦਾ ਸਾਊਂਡ। ਫਰੰਟ ਤੋਂ ਸੇਮ ਉੱਦਾਂ ਹੀ, ਸਾਈਡ ਤੋਂ ਇਹ ਵੀ ਸਿਲਵਰ ਬਲੈਕ ਜਿਹਾ ਆ, ਪਰ ਇਟ ਲੁਕਸ ਗੁੱਡ। ਫੋਨ ਬਿਲਕੁਲ ਸਲੀਕ ਹੈ, ਬਿਲਕੁਲ ਪਲੇਨ ਸ਼ੀਸ਼ੇ ਵਾਂਗੂ। ਇਹਦੇ ਵਿੱਚ ਵੀ ਸੇਮ ਚੀਜ਼ਾਂ ਤੁਹਾਨੂੰ ਦਿਖਾਉਣ ਦੀ ਲੋੜ ਨਹੀਂ, ਯੂ ਡੂ ਵੈਰੀ ਵੈਲ ਰਾਈਟ। ਸੋ ਬਿਨਾਂ ਟਾਈਮ ਖਰਾਬ ਕੀਤੇ ਹੋਏ ਆਪਾਂ ਹੁਣ ਦੋਨਾਂ ਨੂੰ ਖੋਲ੍ਹਦੇ ਹਾਂ। ਇਹਦਾ ਵਾਟਰ ਟੈਸਟ ਵੀ ਕਰਦੇ ਹਾਂ ਆਪਾਂ ਰੋਕੇ, ਠੀਕ ਹੈ ਜੀ। ਪਹਿਲਾਂ ਦੱਸੋ ਕਿਹੜਾ ਖੋਲੀਏ, ਪਹਿਲਾਂ ਆਹੀ ਖੋਲ੍ਹਦੇ ਹਾਂ, ਫਸਟ ਕਮ ਫਸਟ ਸਰਵ, ਸਿਲਵਰ ਨਾਲ ਜਿਹੜਾ ਪਹਿਲਾਂ ਆਪਾਂ ਖੋਲ੍ਹਿਆ ਸੀ ਰਾਈਟ। ਚੱਕੋ, ਸਕਰੀਨ ਬਿਲਕੁਲ ਐਜ ਟੂ ਐਜ ਬੜੀ ਸੋਹਣੀ ਲੱਗਦੀ ਹੈ, ਅਤੇ ਹੁਣ ਇੱਦਾਂ ਹੀ ਇਹ ਚੱਕ, ਦੋਨਾਂ ਦਾ ਸਾਈਜ਼ ਤਾਂ ਸੇਮ ਹੀ ਆ, ਬਿਕੋਜ਼ ਇਸ ਫੋਨ ਸੇਮ ਆ ਰਹੀ। ਹੁਣ ਤੁਹਾਨੂੰ ਇੱਦਾਂ ਦਿਖਾਉਂਦੇ ਹਾਂ, ਦੋਨਾਂ ਨੂੰ ਔਨ ਕਰੀਏ। ਇਹ ਵੇਟ ਦੇ ਕੰਪੈਰੀਟਿਵਲੀ ਮੈਨੂੰ ਬਹੁਤ ਹਲਕੇ ਲੱਗੇ, ਜੇ ਮੈਂ ਕੰਪੇਅਰ ਕਰਦਾ 12 Pro ਦੇ ਨਾਲ, ਪ੍ਰੋ ਮੈਕਸ ਦੇ ਨਾਲ ਸੇਮ ਆ। ਹੁਣ ਬਹੁਤ ਜਣਿਆਂ ਨੂੰ ਕਨਫਿਊਜ਼ਨ ਰਹਿੰਦੀ ਹੈ ਵੀ ਦੋਨਾਂ ਦੇ ਵਿੱਚ ਕਿੰਨਾ ਫਰਕ ਹੈਗਾ ਸਕਰੀਨ ਦਾ, ਰਾਈਟ। ਅਤੇ ਹੁਣ ਤੁਹਾਨੂੰ ਸਕਰੀਨ ਦਾ ਫਰਕ ਦਿਖਾਉਣਾ, ਮੈਨੂੰ ਵੀ ਬਹੁਤ ਕਨਫਿਊਜ਼ਨ ਸੀਗੀ, ਮੈਂ ਵੀ ਚੈੱਕ ਕਰਦਾ ਸੀਗਾ ਔਨਲਾਈਨ, ਪਰ ਕੋਈ ਚੰਗੀ ਤਰ੍ਹਾਂ ਦਿਖਾਉਂਦਾ ਨਹੀਂ ਪਿਆ ਸੀਗਾ। ਜੇ ਹੁਣ ਦੋਨਾਂ ਨੂੰ ਕੰਪੇਅਰ ਕਰਦੇ ਹਾਂ ਤਾਂ ਦੇਖੋ, ਇਹਨੂੰ ਮੋਰੇ ਰੱਖਦਾ, ਸਾਈਜ਼ ਦੋਨਾਂ ਦਾ ਸੇਮ ਹੈ। ਇਹ ਵੀ ਸਵਿੱਚ ਆਫ ਕਰ ਦਵਾਂ, ਤੁਹਾਨੂੰ ਪਿੱਛੋਂ ਦੇਖੋ ਕਲਰ ਬਿਲਕੁਲ ਸੇਮ, ਫਰਕ ਤਾਂ ਸਿਰਫ ਕੈਮਰੇ ਦਾ। ਇਹਨੂੰ ਵੀ ਸਵਿੱਚ ਆਫ ਕਰਕੇ ਦਿਖਾਉਂਦਾ ਤੁਹਾਨੂੰ, ਅਤੇ ਫਰੰਟ ਤੋਂ ਬੋਥ ਲੁਕਸ ਸੇਮ। ਹੁਣ ਜੇ ਮੈਂ ਤੁਹਾਨੂੰ ਕੰਪੇਅਰ ਕਰਕੇ ਦਿਖਾਵਾਂ ਸਾਈਜ਼ ਦਾ, ਹੋਪ ਕਰਦਾ ਦੇਖਦਾ ਹੋਊਗਾ ਤੁਹਾਨੂੰ ਥੋੜ੍ਹਾ ਜਿਹਾ,
ਫਰਕ ਬਿਲਕੁਲ ਸਲਾਈਟਲੀ ਡਿਫਰੈਂਸ ਹੈ ਦੇਖੋ ਦਿਖਦਾ ਬਹੁਤ ਜ਼ਿਆਦਾ ਥੋੜ੍ਹਾ ਫਰੰਟ ਤੋਂ ਐਜ ਟੂ ਐਜ ਜੇ ਆਪਾਂ ਕਲੀਅਰ ਕਰਦੇ ਹੈਗੇ ਹਾਂ ਥੋੜ੍ਹਾ ਜਿਹਾ ਚੜ੍ਹਾਈ ਤੋਂ ਥੋੜ੍ਹਾ ਕੋਈ ਵਾਲਾ ਫਰਕ ਹੈ ਨਹੀਂ ਗਾ ਮੈਨੂੰ ਜਿੱਥੇ ਤੱਕ ਲੱਗਾ ਬਸ ਇਹ ਹਲਕਾ ਆ ਉੱਪਰ ਤੱਕ ਹੱਥ ਪਹੁੰਚਦਾ ਨਹੀਂ ਔਖਾ ਥੋੜ੍ਹਾ ਪਹੁੰਚਦਾ ਪਰ ਇਹ ਸਕੇਅਰ ਹੈ ਇਹ ਹੈਂਡੀ ਆ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਜਦ ਆਪਾਂ ਆਈਫੋਨ 12 ਨੂੰ ਨੰਗਾ ਫੜਦੇ ਹਾਂ ਨਾ ਇੱਦਾਂ ਅਤੇ ਇਹ ਹੱਥੋਂ ਸਲਿੱਪ ਹੁੰਦਾ ਆਪਾਂ ਨੂੰ ਫੜਨ ਦਾ ਜੀ ਨਹੀਂ ਕਰਦਾ ਪਰ ਇਹ ਵਾਲਾ ਫੋਨ ਮੱਚ 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 ਬੈਟਰ ਫੋਨ ਨੂੰ ਔਨ ਵੀ ਕਰ ਲੈਂਦੇ ਗੱਲ ਕਰਦੇ ਕਰਦੇ ਨਵੇਂ ਫੋਨ ਨੂੰ ਇਹਨੂੰ ਵੀ ਇਹ ਖੁੱਲ ਜਾ ਖੁੱਲ ਜਾ ਖੁੱਲ ਜਾ ਲਓ ਜੀ ਇਹਨਾਂ ਨੂੰ ਸੈਟਅਪ ਕਰਦੇ ਹਾਂ ਰੋਕੇ ਤੁਸੀਂ ਤੁਹਾਨੂੰ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਤੁਹਾਨੂੰ ਜੇ ਫੋਨ ਮਿਲਦਾ ਜਾਂ ਜੇ ਤੁਸੀਂ ਲੈਂਦੇ ਤਾਂ ਦੋਨਾਂ 'ਚੋਂ ਕਿਹੜਾ ਲੈਂਦੇ ਕਲਰ ਮੈਨੂੰ ਤਾਂ ਦੋਨੋਂ ਹੀ ਕਲਰ ਸੱਚੀ ਬਹੁਤ ਪਸੰਦ ਆਏ ਮੈਂ ਪਹਿਲਾਂ ਵੀ ਇਹੀ ਚਲਾਉਂਦਾ ਹਾਂ ਗ੍ਰੇਫਾਈਟ ਵਾਲਾ ਤਾਂ ਕਰਕੇ ਮੈਨੂੰ ਵਾਈਟ ਥੋੜ੍ਹਾ ਜ਼ਿਆਦਾ ਵਧੀਆ ਲੱਗਾ ਅੱਜ ਪਰ ਗ੍ਰੇਫਾਈਟ ਠੀਕ ਹੈ ਮਾੜਾ ਨਹੀਂ ਹੈਗਾ ਅਤੇ ਉਸ ਤੋਂ ਇਲਾਵਾ ਜੇ ਟੈਨ ਦੇ ਨਾਲ ਕੰਪੇਅਰ ਕਰਾਂ ਤਾਂ ਤੁਸੀਂ ਬਹੁਤ ਜ਼ਿਆਦਾ ਡਿਫਰੈਂਸ ਦੇਖੋਗੇ ਕਿਉਂਕਿ ਟੈਨ ਤਾਂ ਹੈਗਾ ਹੀ ਛੋਟਾ ਜਿਹਾ ਤਾਂ ਦੇਖੋ ਇੰਨਾ ਫਰਕ ਆ ਖੂੰਜੇ ਤੋਂ ਵੀ ਅਤੇ ਉੱਪਰੋਂ ਵੀ ਸਾਈਡ ਤੋਂ ਤਾਂ ਤੁਹਾਨੂੰ ਪਤਾ ਹੀ ਆ ਇਹ ਦੋਨੋਂ ਵਾਈਟ ਆ ਗੱਲ ਬਣ ਗਈ ਹੈ ਨਾ ਦੋਨੋਂ ਹੀ ਆਹ ਦੋਨੋਂ ਸੇਮ ਆਹ ਦੋਨੋਂ ਸੇਮ ਅਤੇ ਇਸ ਤੋਂ ਇਲਾਵਾ ਇਹਦੀ ਵਾਟਰ ਟੈਸਟਿੰਗ ਵੀ ਕਰਦੇ ਹਾਂ ਆਪਾਂ ਦਿਖਾਉਂਦੇ ਹਾਂ ਕਿੱਦਾਂ ਲੱਗਦਾ ਪਾਣੀ 'ਚ ਪਾ ਕੇ ਪਰ ਪਾਣੀ ਦੇ ਵਿੱਚ ਪਾਵਾਂਗੇ ਬਾਅਦ ਦੇ ਵਿੱਚ ਹੁਣ ਜਿਹੜਾ ਨਾਲ ਸਮਾਨ ਆਇਆ ਉਹ ਖੋਲ੍ਹੀਏ ਪਹਿਲਾਂ ਉਹਦੇ ਲਈ ਤਾਂ ਕਰਦ ਚਾਹੀਦੀ ਚਾਹੀਦੀ ਹੈ ਕਿਉਂਕਿ ਇੰਨਾ ਛੇਤੀ ਖੋਲ੍ਹਣ ਵਾਲਾ ਤਾਂ ਹੈ ਨਹੀਂ ਗਾ ਇਹ ਹੈਗਾ ਆ 18 ਵੋਲਟ ਦਾ ਚਾਰਜਰ ਜਿਹੜਾ ਕਿ ਐਪਲ ਨੇ ਨਹੀਂ ਦਿੱਤਾ ਸੀ ਪਰ ਆਪਾਂ ਲੈ ਕੇ ਆਉਂਦਾ ਵਧੀਆ ਵਧੀਆ ਕੰਪਨੀ ਦਾ ਜ਼ੂਮ ਹੋ ਰਿਹਾ ਹੈ ਨਹੀਂ ਹੋ ਰਿਹਾ ਇਹ ਮੇਰੇ ਫੇਸ ਨੂੰ ਡਿਟੈਕਟ ਕਰਦਾ ਪਿਆ ਅਤੇ ਵਿੱਚ ਹੀ ਚੱਲਦੇ ਚੱਲਦੇ ਮੈਂ ਤੁਹਾਨੂੰ ਦੱਸ ਦਵਾਂ ਜਿਹੜਾ ਇਹ ਸਾਰਾ ਕੁਛ ਸਮਾਨ ਮਿਲਿਆ ਹੈ ਇਹ ਹੈਗਾ ਆ ਕੈਨੇਡਾ ਦੇ ਵਿੱਚ ਕੰਮ ਕਰਦਾ ਇੱਕ ਬੰਦਾ ਵਿਸ਼ਾਲ ਕੰਪਨੀ ਦੇ ਵਿੱਚ ਆਪਣਾ ਬਾਈ ਲੱਗਿਆ ਹੋਇਆ ਆ ਅਤੇ ਉਹਨਾਂ ਨੂੰ ਪਹਿਲੇ ਦਿਨ ਦਾ ਕਿਹਾ ਹੋਇਆ ਸੀਗਾ ਫੋਨ ਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਣਾ ਹੈ ਨਾ ਉਹਨਾਂ ਤੋਂ ਫੋਨ ਲੈ ਕੇ ਆਇਆ ਮੈਂ ਅਤੇ ਇੱਥੇ ਟੋਰੋਂਟੋ ਦੇ ਵਿੱਚ ਨੌਰਥ ਯੋਰਕ ਬ੍ਰੈਮਟਨ ਸਕਾਰਬਰੋ ਵਾਲੀ ਸਾਈਡ ਜਿਹੜਾ ਵੀ ਕੋਈ ਰਹਿੰਦਾ ਆ ਮੈਂ ਥੱਲੇ ਉਹਦਾ ਨੰਬਰ ਦੇ ਦਿੰਦਾ ਬਾਈ ਦਾ ਵਿਸ਼ਾਲ ਨਾਮ ਹੈ ਉਹਦਾ ਅਤੇ ਜੇ ਕਿਸੇ ਨੇ ਫੋਨ ਪਲਾਨ ਵਗੈਰਾ ਕੁਛ ਵੀ ਲੈਣਾ ਹੈਗਾ ਆ ਇੰਸ਼ੋਰੈਂਸ ਕਰਾਉਣੀ ਹੈਗੀ ਅਤੇ ਫੋਨ ਲੋਸਟ ਵੀ ਕਰਾਉਣਾ ਹੈਗਾ ਆ ਸਮਝ ਹੀ ਗਏ ਹੋਵੋਗੇ ਨਾ ਤਾਂ ਤੁਸੀਂ ਉਹਨਾਂ ਨਾਲ ਗੱਲ ਕਰ ਲੈਣਾ ਪਰ ਤੰਗ ਨਾ ਕਰਿਓ ਹੋਰ ਅਗਲਾ ਮੈਨੂੰ ਹੀ ਗਾਲਾਂ ਕੱਢੇ ਤੁਸੀਂ ਇਹ ਦੇਖ ਲਿਆ ਚਾਰਜਰ ਅਤੇ ਜਿਹੜਾ ਇਹ ਨੋਰਮਲ ਕਵਰ ਸੀਗਾ ਇਹ ਤਾਂ ਮੈਂ ਉੱਦਾਂ ਹੀ ਫ੍ਰੀ ਦੇ ਵਿੱਚ ਹੀ ਲਿਆਉਂਦਾ ਹੁੰਦਾ ਉਹਨਾਂ ਤੋਂ ਸੇਮ ਹੀ ਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਮੈਂ 12 ਦਾ ਵੀ 11 ਦਾ ਵੀ ਮੈਂ ਇਹੀ ਯੂਜ਼ ਕਰਦਾ ਸੀਗਾ ਅਤੇ ਸਕਰੀਨ ਗਾਰਡ ਜਿਹੜਾ ਹੈਗਾ ਆ ਕੰਪਨੀ ਰਾਈਟ ਮਾਈਟ ਵੀ ਵਧੀਆ ਹੋਊ ਆਪਾਂ ਨੂੰ ਚੀਜ਼ ਬਾਈ ਮਾੜੀ ਨਹੀਂ ਦਿੰਦਾ ਆਪਾਂ ਖੋਲ੍ਹ ਕੇ ਸ਼ਾਇਦ ਹੀ ਲਗਾਈਏ ਕਿਉਂਕਿ ਮੇਰਾ ਮਨ ਨਹੀਂ ਹੁੰਦਾ ਲਗਾਉਣ ਦਾ ਤਾਂ ਹੀ ਤਾਂ ਫੋਨ ਟੁੱਟ ਜਾਂਦੇ ਆ ਪਰ ਨੋ ਵਰੀਜ਼ ਕੈਨੇਡਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਇੱਥੇ ਐਪਲ ਆਪ ਐਪਲ ਕੇਅਰ ਦਿੰਦਾ ਜਿਹੜੀ ਕਿ ਇੰਡੀਆ ਦੇ ਵਿੱਚ ਨਹੀਂ ਦਿੰਦਾ ਇੰਡੀਆ ਦੇ ਵਿੱਚ ਵੀ ਜੇ ਦਿੰਦਾ ਹੋਊਗਾ ਮੈਨੂੰ ਨਹੀਂ ਪਤਾ ਆਈ ਡੋਂਟ ਨੋ ਪਰ ਸਰਵਿਸ ਨਹੀਂ ਚੰਗੀ ਤਰ੍ਹਾਂ ਦਿੰਦਾ ਹੈ ਨਾ ਇੱਥੇ ਜੇ ਹੁਣ ਮੈਂ ਅੱਜ ਦੀ ਤਰੀਕ ਦੇ ਵਿੱਚ ਫੋਨ ਤੋੜ ਲਵਾਂ ਜਾਂ ਕੁਛ ਵੀ ਫੋਨ ਨੂੰ ਹੋ ਜਾਵੇ ਜਿਵੇਂ ਕਿ ਮੇਰੇ ਇਹ ਫੋਨ ਨੂੰ ਹੋਇਆ ਹੈ ਨਾ ਸਕਰੀਨ ਜਿਵੇਂ ਤੁਸੀਂ ਦੇਖੀ ਹੈ ਨਾ ਚੱਲਦੀ ਨਹੀਂ ਤੇ ਲਾਈਨ ਆਈ ਹੋਈ ਆ ਉਹਨਾਂ ਨੇ ਇਹ ਸਕਰੀਨ ਰਿਪੇਅਰ ਕਰਨ ਦੇ ਸਿਰਫ $75 ਲੈਣੇ ਆ ਪਲੱਸ ਟੈਕਸਿਸ ਮਾਈਟ ਵੀ ਅਤੇ ਸਕਰੀਨ ਨਵੀਂ ਜੇ ਹੁਣ ਮੈਂ ਚਾਹੁੰਦਾ ਹਾਂ ਵੀ ਭਾਈ ਮੈਨੂੰ ਸਕਰੀਨ ਨਹੀਂ ਚਾਹੀਦੀ ਹੈਗੀ ਅਤੇ ਮੈਂ ਫੋਨ ਹੀ ਨਵਾਂ ਲੈਣਾ ਆ ਉਹਨਾਂ ਨੇ ਮੇਰੇ ਤੋਂ $150 ਲੈਣਾ ਆ ਫੋਨ ਨਵਾਂ ਪਰ ਆਹ ਜਿਹੜਾ ਫੋਨ ਹੈਗਾ ਆ ਅਤੇ ਆਹ ਜਿਹੜਾ ਫੋਨ ਹੈਗਾ ਆ ਮਾਈਟ ਵੀ ਆਹ ਵਾਲਾ ਫੋਨ ਵੀ ਹੁਣ ਦੋਨਾਂ ਦਾ ਕੰਪੇਅਰ ਵੀ ਕਰਾਂਗੇ ਤੋੜ ਕੇ ਵੀ ਕਿਹੜਾ ਜਲਦੀ ਟੁੱਟਦਾ ਕਹਿੰਦੇ ਆ ਵੀ ਇਹਦੇ ਵਿੱਚ ਗਲਾਸ ਜਿਹੜਾ ਹੈਗਾ ਆ ਵਧੀਆ ਲੱਗਿਆ ਹੋਇਆ ਆ ਸਕਰੀਨ ਟੁੱਟਦੀ ਨਹੀਂ ਹੈਗੀ ਪਿਛਲਾ ਵੀ ਇਹ ਵਧੀਆ ਲੱਗਿਆ ਆ ਕੈਮਰੇ ਦਾ ਵੀ ਤੁਹਾਨੂੰ ਫਰਕ ਦਿਖਾਵਾਂਗੇ ਅਤੇ ਜੋ ਵੀ ਇਹਦਾ ਵੀ ਕੁਛ ਹੋਊਗਾ ਸਾਰਾ ਕੁਛ ਕਰਾਂਗੇ ਪਰ ਉਹ ਸਾਰੇ ਕਰਨ ਤੋਂ ਪਹਿਲਾਂ
मेरी जिहड़ी इह वीडियो चलती पई आ थले सबसक्राइब बटन हैगा आ उहनू लाल रंग दे बटन नू ग्रे कलर च कर दिओ ते घंटी दा बटन नाल ही दबा दिओ ताकि तुहाडे कोल जिहड़ियां मेरियां होर भी वीडियो व्लॉग वगैरह फंक्शन दे कुछ भी हुंदे कैनेडा दे रिगार्डिंग स्टूडेंट दे रिगार्डिंग सारे जल्दी पहुँच जाणगे। इस तों इलावा नाल दी नाल ही तुसीं मेरे डेली अपडेट्स वगैरह लैण दे लई इंस्टाग्राम ते तुसीं मैनूं फॉलो कर सकदे आ, चक्को इंस्टाग्राम दा लिंक ते मेरी आई डी तुसीं चैक करो ते डिस्क्रिप्शन दे विच भी होऊगा ते तुसीं उत्ते फॉलो करके मेरी रोज़ दी स्टोरियां देख सकते हैं। जिवें कि अज दी जिहड़े वीडियो मैं बनाई सी, मेरी अज दी सैकंड वीडियो आ, पहला जिहड़ी मैं बनाई सी वह गया होया सीगा मैं प्रोटेस्ट ते फार्मर्स दे लई ते उहदा भी लिंक तुसीं वीडियो दे विच देख सकते हैं। हुण पहला पानी च पा के देख लईए कि वैसे अज पिछली वीडियो जिहड़ी मैं बनाई सी आईफोन 11 दी यह अनबॉक्स किया सीगा उदों मैं कैनेडा दे विच नवा नवा आया सी, मैनूं पता मैं पहले दिन यह वाला फोन लिया सी फर्स्ट डे, पर यह जिहड़ा फोन है इहनूं लैंदे नूं टाइम हो गया मैनूं पहला लिया नहीं बिकॉज यदि प्रोडक्शन तो बहुत स्लो सी यदि सर्विस आनी कैनेडा मतलब जितों मैं लिया वो तो करके मैनू अनबॉक्सिंग कर देते वीडियो बना लेट हो गया। तो पिछली वीडियो भी थोड़ा पता मैं कुकर दे विच पा के दिखाया सी है ना, जी मेरी पुरानी वीडियो तुसी वह भी चैक कर सकते हैं, चको दोबारा लिंक तो थानू हूँ यह भी जोड़ा है इस वे भी मैं किचन के बीच बैठा हाँ तो थानू भी पानी पा के दिखाने ये भी, पर जे मैं करा कि पानी ही इतने भर के लियाव तो एक गल होर देखो हूँ आईफोन 12 अपने पैर से खड़ा होना सीख गया, यू हले खड़े होने टाइम लगना हूँ टुटे तो नहीं टुटे हूँ थानू पानी के पा के थाने पानी लेके आया मैं अपनी इंडियन मदर नू अपनी मैं क्या इंडियन मदरस नू पता होगा भी ये की चीज़ है, मदरस नू भी नहीं सारे इंडियन बंदे नू पता होगा कि ये जड़ा डब्बा जिच रोटियां रखी दी है ना 12 प्रो मैक्स वाइट कलर गया पानी दिस वन गया पानी चलता तो हैगा या होगा तो मेरा ख्याल कुछ नहीं पानी डोल जाना थानू कैमरा उपर करके दिखाना है देखो पानी दे विच भी चलता कोई ज़्यादा प्रॉब्लम नहीं आऊगी मेरा ख्याल नाल कैमरा का लिंक ओहो जूम हो गया कोई नहीं साफ करांगे इहनू, पर जितों तकर मैं दूजा भी फोन पानी दे विच ऑलवेज पाना रहना आ इन्नी छेती यह खराब नहीं होंगे। जिहड़े भी आईफोन हैगे आ या जिहड़े भी कोई भी फोन हैगे आ वह सारे दे सारे जिहड़े हैगे वाटर रेजिस्टेंट आ ना कि वाटर प्रूफ, पर जिवें तुसी यह पंगा लैंदे आ यह कदी भी ना लायो बिकॉज यह कंपनी रिप्लेस नहीं करके दिंदी, वह साफ कहती है कि हाँ जी जिहड़ा यह साडा फोन हैगा है वाटर रेजिस्टेंट आ वाटर प्रूफ कित लिखा ही नहीं है, ठीक है जी। तो अपने जिहड़े कई बंदे हैगे आ वह चैक करते हैं कि हाँ वाटर प्रूफ हैगा आ पा के देखते हैं पानी दे विच एंड ऑल है ना, पर दिस इज़ वाटर रेजिस्टेंट। इस तो अलावा जिहड़ा होम पॉड मिनी आ इहदा तुहानू रिव्यू ऑलरेडी तुसीं चैक करो मैं वीडियो दे विच पाया है, तो बाकी ये भी यही सारा सेम समान मिलिया होया आ कुछ डब्बे दे विच होर खास नहीं हैगा। तो इहदी जिहड़ी कंपैरिजन की वीडियो होगी तो ब्रेक की वीडियो होगी, ब्रेक टैसट जिहड़ा हुंदा आ डैमेज टैसट आपां सुट सट के देखांगे आईफोन नूं चंगी तरह तोड़ांगे ये भी तो ये भी। तुसीं सारे जणे चंगी तरह सबसक्राइब कर लो पहला याद दे नाल। इस तों अलावा यह वीडियो पैणी ही तां आ जे ये वाली मेरी वीडियो नूं 2 लख प्लस 2.5 लख मेरे व्यूज़ होए, उस तों अलावा यह वाली जिहड़ी मेरी वीडियो पै रही आ इहदे उत्ते ਮੈਨੂੰ ਘੱਟੋ ਘੱਟ 1.5 ਲੱਖ ਪਲੱਸ ਲਾਈਕ ਚਾਹੀਦਾ ਹੈ ਅਤੇ ਇੰਸਟਾਗ੍ਰਾਮ ਦੇ ਉੱਤੇ ਸਾਰੇ ਜਣੇ ਮੈਨੂੰ ਫੋਲੋ ਕਰੋ ਤਾਂ ਕਿ ਮੈਂ ਇਹਦੀ ਜਿਹੜੀ ਹੈਗੀ ਆ ਡੈਮੇਜ ਦੀ ਜਿਹੜੀ ਵੀਡੀਓ ਹੈਗੀ ਆ ਤੋੜ ਕੇ ਇਹਨੂੰ ਛੱਤ ਤੋਂ ਸੁੱਟ ਕੇ ਨੀਚੇ ਭੜਕਾ ਕੇ ਮਾਰਾਂ ਅਤੇ ਤੁਹਾਨੂੰ ਦਿਖਾਵਾਂ ਵੀ ਟੁੱਟਦਾ ਵੀ ਇਹ ਹੈਗਾ ਕਿ ਨਹੀਂ ਟੁੱਟਦਾ, ਇਹ ਸਾਰਾ ਕੁਛ ਉਦੋਂ ਪੋਸੀਬਲ ਹੈ ਜੇ ਇਹ ਮੇਰੀ ਵਾਲੀ ਵੀਡੀਓ ਦੇ ਉੱਤੇ ਲਾਈਕ ਆਏ ਅਪਰੋਕਸੀਮੇਟਲੀ 1.5 ਲੱਖ ਵਿਊਜ਼ ਆਏ ਅਪਰੋਕਸੀਮੇਟਲੀ 2 ਤੋਂ 2.5 ਲੱਖ ਬਿਕੋਜ਼ ਮੇਰੀ ਜਿਹੜੀ ਪੁਰਾਣੀ ਵਾਲੀ ਵੀਡੀਓ ਹੈਗੀ ਉਹ ਇਸ ਵੇਲੇ 2.5 ਲੱਖ 1.5 ਲੱਖ ਕ੍ਰੋਸ ਕਰ ਗਈ ਆ, ਮੈਂ ਵਿਊਜ਼ ਚੈੱਕ ਨਹੀਂ ਕੀਤੇ ਤੁਸੀਂ ਚੈੱਕ ਕਰ ਲੈਣਾ, ਪਰ ਜਿਹੜੀ ਮੈਂ ਇਹ ਵਾਲੀ ਵੀਡੀਓ ਬਣਾਊਂਗਾ ਇਹਦੇ ਵਿੱਚ 100% ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦੇਖਣ ਨੂੰ ਮਿਲੂਗੀ। ਨੋਟ ਓਨਲੀ ਦਿਸ
मेरी जिहड़ी इह वीडियो हैगी आ इहदे उत्ते जे जिहड़ा इह मेरा चैनल हैगा इहदे उत्ते जे लख सबसक्राइबर जल्दी तो जल्दी हो गए नवे साल तो पहला तां तुहानू जल्दी ही गिव अवे भी मिलेगा जिहदे विच कि मैं एयरपॉड्स दे रहा हां वह भी 10-15 एयरपॉड जिहड़े भी मेरी इह वीडियो नू जां इंस्टाग्राम के उत्ते फॉलो करूंगे या हर एक वीडियो के उत्ते फस्ट कमेंट ते फस्ट लाइक करेंगे यह जी भी गल दसदा पाया मैं पहले ही ऑलरेडी अनाउंस कर चुका सीगा ते मेरे बहुत जाने इदा दे फॉलोअर्स हैगे आ बहुत जाने इदा मेरे जिन्हें मैनू इन्ने प्यार करते इन्ने लुकी है जेडे कि हुण तो ही शुरू हो गए भी फस्ट कमेंट ते इंस्टाग्राम ते सारे जने टैग करते पे आ ते मैं उही दसना चाहुंदा जदों मेरे लख सबसक्राइबर टप गए लख सबसक्राइबर हो गए 1 लख सबसक्राइबर उदों मैं पिछलियां वीडियो चैक करूंगा जिन्हें मेरी वीडियो के उत्ते फस्ट कमेंट किया होगा पिछलियां लास्ट 10 वीडियो के विच उन्हां नूं मिलूंगे एयरपॉड्स ये कोई भी हो सकता है हाले तक डिसाइड नहीं किया गया माइट बी एयरपॉड 1 एयरपॉड 2 एयरपॉड 3 लै सीरीज 3 आई डोंट नो पर हुण इत्थे ही करदे हां वीडियो नूं खत्म ते आ सीगा मेरा अनबॉक्सिंग ते हुण इहदे विचों समान ट्रांसफर करदे हां इधर ते हुण फोन यूज करके कैमरा टेस्ट करके क्वालिटी चैक करके फिर तुहानू अगे दिखाने आ होप करदे तुहानू इह वीडियो वधिया लगी होगी ते ज़्यादा लंबी ना बनांदे होए आपां हुण वीडियो नूं करदे आ खत्म इन्ना सारा गंद पाया आ भी चकना आ ते सारे जाने वीडियो नूं लाइक शेयर सबसक्राइब जरूर कर दिओ चैनल नूं तां कि तुहानू जिहड़ियां मेरियां होर वीडियोज़ हैगियां सारियां नाल दी नाल मिल जाए मिलदे आ अगली वीडियो दे विच उदों तक गुड बाय तुहाडे सारिआं दा थैंक यू तुहाडे सारिआं दा विश करदा आ तुसीं अपनी लाइफ दे विच अगे आ जाके होर सक्सीड करोगे ते मेरी वीडियोज़ नूं ते मेरे चैनल नूं होर सपोर्ट करोगे ओके थैंक यू पर तुसी सारे जने ना भुलना दसना कि तुहानूं दोनों चों किहड़ा फोन वधिया लग्गा जे दूजा भी फोन वधिया लग्गिया होया डोंट फॉरगेट टू कमेंट एंड लाइक एंड सबसक्राइब एंड द लास्ट थिंग इज़ फॉलो मिलदे हैं अगली वीडियो दे विच